ਦੋਸਤੋ ਰਸ਼ੀਆ ਤੇ ਯੂਕਰੇਨ ਦੇ ਵਿੱਚ 17ਵੇਂ ਦਿਨ ਵੀ ਜਿਹੜਾ ਯੁੱਧ ਆ ਉਹ ਜਾਰੀ ਆ। ਰਸ਼ੀਆ ਦੇ ਉੱਪਰ ਬਹੁਤ ਸਾਰੇ ਮੁਲਕਾਂ ਨੇ ਪ੍ਰਤੀਬੰਧ ਲਗਾਏ ਆ ਤੇ ਰਸ਼ੀਆ ਜਿਹੜਾ ਆ ਉਹਨੇ ਧਮਕੀ ਦਿੱਤੀ ਆ ਕਿ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਜਿਹੜਾ ਉਹ ਤਬਾਹ ਕਰ ਸਕਦਾ ਆ। ਇਹ ਸਪੇਸ ਸਟੇਸ਼ਨ ਦੋਸਤੋ ਅਮੈਰੀਕਾ ਤੇ ਰਸ਼ੀਆ ਜਿਹੜਾ ਆ ਉਹ ਮਿਲ ਕੇ ਚਲਾਉਂਦੇ ਆ। ਇਸ ਤੋਂ ਇਲਾਵਾ ਦੋਸਤੋ ਰਸ਼ੀਆ ਨੇ ਰਾਜਧਾਨੀ ਕੀਵ ਦੇ ਕੋਲ ਜਿਹੜੀ ਗੋਲੀਬਾਰੀ ਆ ਉਹ ਤੇਜ਼ ਕਰਤੀ ਆ। ਮਾਰੀਓਪੋਲ ਸਿਟੀ ਤੁਸੀਂ ਸੁਣ ਰਹੇ ਹੋਣੇ ਆ, ਉੱਥੇ ਵੀ ਜਿਹੜੇ ਹਮਲੇ ਆ ਉਹ ਤੇਜ਼ ਹੋ ਗਏ ਆ। ਤੇ ਯੂਕਰੇਨ ਦਾ ਦਾਅਵਾ ਆ ਕਿ ਉਹਨਾਂ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਆ ਮੈਲੀਟੋਪੋਲ, ਉੱਥੋਂ ਦੇ ਮੇਅਰ ਨੂੰ ਜਿਹੜਾ ਆ ਰਸ਼ੀਅਨ ਆਰਮੀ ਨੇ ਜਿਹੜਾ ਉਹ ਕਿਡਨੈਪ ਕਰ ਲਿਆ ਆ। ਕਿੰਨੀ ਕੁ ਸੱਚਾਈ ਆ ਇਹ ਤਾਂ ਪਤਾ ਨਹੀਂ, ਪਰ ਇਹ ਯੂਕਰੇਨ ਨੇ ਦਾਅਵਾ ਕੀਤਾ ਆ। ਇਸ ਤੋਂ ਇਲਾਵਾ ਦੋਸਤੋ ਕੈਨੇਡਾ ਨੇ ਜਿਹੜਾ ਕਿਹਾ ਆ ਕਿ ਉਹ ਯੂਕਰੇਨ ਦੇ ਲੋਕਾਂ ਦੇ ਨਾਲ ਆ ਤੇ ਉਹ G7 ਜਿਹੜੇ ਸੰਸਥਾ ਆ ਜਿਹੜੇ ਦੇਸ਼ G7 ਨੂੰ ਜੁਆਇਨ ਕੀਤੇ ਹੋਏ ਆ ਉਹਨਾਂ ਦੇ ਨਾਲ ਮਿਲ ਕੇ ਰੂਸ ਨੂੰ ਜਿਹੜਾ ਆ ਉਹ ਆਰਥਿਕ ਨੁਕਸਾਨ ਜਿਹੜਾ ਉਹ ਕਰੇਗਾ। ਇਸ ਤੋਂ ਇਲਾਵਾ ਦੋਸਤੋ ਜੇ ਗੱਲ ਕੀਤੀ ਜਾਵੇ ਅਮੈਰੀਕਾ ਨੇ ਜਿਹੜਾ ਮੋਸਟ ਫੇਵਰਡ ਨੇਸ਼ਨ ਜਿਹੜਾ ਸੀਗਾ ਉਹ ਬਿਜ਼ਨਸ ਕਰਦਾ ਸੀ ਰਸ਼ੀਆ ਦੇ ਨਾਲ, ਉਹਨੂੰ ਖਤਮ ਕਰਤਾ ਆ। ਹੁਣ ਰਸ਼ੀਆ ਤੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇੰਪੋਰਟ ਹੁੰਦੀਆਂ ਸੀ ਉਹਦੇ 'ਤੇ ਅਮੈਰੀਕਾ ਨੇ ਬੈਨ ਲਾਤਾ ਆ। ਅਮੈਰੀਕਾ ਨੇ ਇਹ ਵੀ ਕਿਹਾ ਆ ਜੇਕਰ ਰੂਸ ਕੈਮੀਕਲ ਅਟੈਕ ਕਰਦਾ ਆ ਯੂਕਰੇਨ ਦੇ ਉੱਤੇ ਤਾਂ ਦੋਸਤੋ ਇਹਦਾ ਜਿਹੜਾ ਅੰਜਾਮ ਆ ਉਹ ਬਹੁਤ ਬੁਰਾ ਹੋਏਗਾ। ਅਤੇ ਯੂਕਰੇਨ ਤੋਂ 25 ਲੱਖ ਬੰਦਾ ਜਿਹੜਾ ਆ ਉਹ ਦੇਸ਼ ਛੱਡ ਕੇ ਜਾ ਚੁੱਕਾ ਆ, ਜਿਹਦੇ ਕਰਕੇ ਯੂਰਪ ਦੇ ਵਿੱਚ ਰਿਫਿਊਜੀ ਸੰਕਟ ਜਿਹੜਾ ਆ ਉਹ ਪੈਦਾ ਹੋ ਗਿਆ ਆ। ਸਾਰੇ ਮੁਲਕ ਜਿਹੜੇ ਉਹ ਮੀਟਿੰਗਾਂ ਕਰ ਰਹੇ ਆ ਕਿ ਇੰਨੇ ਰਿਫਿਊਜੀ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਕਿੱਥੇ ਇਹਨਾਂ ਨੇ ਸੈਟਲ ਕਰਨਾ ਆ, ਕਿੱਦਾਂ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਇਹਨਾਂ ਨੇ ਬਣਾਉਣਾ ਆ। ਇਸ ਤੋਂ ਇਲਾਵਾ ਦੋਸਤੋ ਜਿਹੜਾ ਰਸ਼ੀਆ ਆ ਹੁਣ ਉਹਨੇ ਹਮਲੇ ਜਿਹੜੇ ਆ ਉਹ ਤੇਜ਼ ਕਰਤੇ ਆ ਅਤੇ ਉਹਨਾਂ ਦਾ ਇਹੀ ਇੱਕ ਮਕਸਦ ਆ ਕਿ ਕੀਵ ਦੇ ਉੱਤੇ ਜਿਹੜਾ ਆ ਉਹਨਾਂ ਨੇ ਕਬਜ਼ਾ ਕਰਨਾ ਆ। ਬਾਕੀ ਦੋਸਤੋ ਇਹੀ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਜਲਦੀ ਤੋਂ ਜਲਦੀ ਜਿਹੜਾ ਯੁੱਧ ਆ ਇਹ ਖਤਮ ਹੋਵੇ ਅਤੇ ਲੋਕ ਜਿਹੜੇ ਆ ਉਹ ਮੁੜ ਸ਼ਾਂਤੀ ਤੋਂ ਰਹਿ ਸਕਣ।